ਲੋਈ ਮਿੱਤਰੋ ਸੁਬਹਾ ਉੱਠ ਪਏ ਹਾਂ ਅਤੇ ਉੱਠ ਕੇ ਹੁਣ ਚੱਲੇ ਹਾਂ ਬ੍ਰੇਕਫਾਸਟ ਕਰਨ। ਸੋ ਇਹ ਸੀ ਆਪਣਾ ਰੂਮ। ਬ੍ਰੇਕਫਾਸਟ ਹਾਲ ਇੰਡੀਅਨ ਵੀ ਮਿਲਦਾ, ਅਮੈਰੀਕਨ, ਨੌਰਥ ਇੰਡੀਅਨ, ਜੋ ਮਰਜ਼ੀ ਚਾਈਨੀਜ਼, ਸਾਰਾ ਹਰ ਇੱਕ ਚੀਜ਼ ਵਿੱਚ ਹੀ ਬਾਹਰ ਆ। ਜਿਹੜਾ ਕੋਈ ਪੈਗ ਸ਼ੈਗ ਦਾ ਸ਼ੌਕੀਨ ਆ, ਹਰ ਇੱਕ ਵਰਾਇਟੀ। ਐਂਬੀਅੰਸ ਬਹੁਤ ਵਧੀਆ। ਸੋ ਬਾਈ ਹੁਣ ਆਪਾਂ ਇੱਥੋਂ ਕਰ ਲੱਗੇ ਚੈੱਕਆਊਟ। ਬਹੁਤ ਸੋਹਣਾ ਹੋਟਲ ਸੀਗਾ, ਬਹੁਤ ਵਧੀਆ ਸਟਾਫ ਸੀਗਾ, ਵਿੱਚੋਂ ਦੋ ਤਿੰਨ ਬੰਦੇ ਪੰਜਾਬ ਦੇ ਵੀ ਸੀ ਆਪਣੇ, ਇਹਦੇ ਵਿੱਚ ਹੀ ਕਲੱਬ ਸੀਗਾ। ਹੋਟਲ ਬਹੁਤ ਸੋਹਣਾ ਸੀ। ਸੋ ਇੱਥੋਂ ਆਪਾਂ ਹੁਣ ਟੈਕਸੀ ਨੂੰ ਕਾਲ ਕਰਤੀ ਹੈ, ਉਹ ਆਪਣਾ ਲੈਣ ਆ ਰਿਹਾ ਅਤੇ ਉਹ ਆਪਣਾ ਲੈ ਕੇ ਜਾਊਗਾ ਦੁਬਈ ਸਿਟੀ ਤੱਕ। ਸੋ ਬਹੁਤ ਵਧੀਆ ਐਕਸਪੀਰੀਅੰਸ ਸੀਗਾ, ਬਹੁਤ ਵਧੀਆ ਸਾਰਾ ਸਟਾਫ ਸੀ, ਸੋਹਣਾ ਹੋਟਲ ਸੀਗਾ। ਆ ਬਾਰ ਸੀਗਾ। ਲਓ ਮਿੱਤਰੋ, ਟੈਕਸੀ ਆ ਗਈ ਆਪਣੀ। ਇਹ ਆਪਣਾ ਪਾਕਿਸਤਾਨੀ ਭਰਾ, ਇਹਨੇ ਆਪਾਂ ਨੂੰ ਲੈ ਕੇ ਜਾਣਾ ਦੁਬਈ ਅਤੇ ਇਹੀ ਆਪਾਂ ਨੂੰ ਰਾਤ ਏਅਰਪੋਰਟ ਤੋਂ ਲੈ ਕੇ ਆਇਆ ਸੀਗਾ ਹੋਟਲ। ਸੋ ਬਈ ਦੁਬਈ ਵਿੱਚ ਚੱਲਦਾ ਪਿਆ ਜੁੰਮੇ ਦਾ ਉਹਨਾਂ ਦਾ ਫੈਸਟੀਵਲ, ਉਹਦੇ ਕਰਕੇ ਇਹ ਸਾਰੀ ਨਾਈਟ ਮਾਰਕੀਟ ਲੱਗੀ ਹੋਈ ਪੂਰਾ, ਜਿਵੇਂ ਆਪਣੇ ਬਸੰਤ ਮੇਲਾ ਲੱਗਦਾ ਉੱਦਾਂ ਹੀ ਸਾਰਾ ਸਿਸਟਮ ਇਹਨਾਂ ਲਾਇਆ। ਸਾਰੇ ਸ਼ਹਿਰ 'ਚ ਜਗਮਗ।